ਸੀਆਈਏ ਸਟਾਫ ਤਰਨਤਾਰਨ ਵੱਲੋਂ ਥਾਣਾ ਹਰੀਕੇ ਦੇ ਪਿੰਡ ਕੋਟ ਦਾਤਾ ਵਿੱਚ ਲਾਏ ਸਪੈਸ਼ਲ ਨਾਕੇ ਦੌਰਾਨ 2 ਕਿਲੋ ਹੀਰੋਇਨ ਸਮੇਤ 2 ਦੋਸ਼ੀਆਂ ਨੂੰ ਕਾਬੂ ਕੀਤਾ ਗਿਆ। ਇਹ ਦੋਵੇਂ ਦੋਸ਼ੀ ਮੋਟਰਸਾਈਕਲ ਤੇ ਸਵਾਰ ਹੋ ਕੇ ਹੀਰੋਇਨ ਦੀ ਖੇਪ ਲੈ ਕੇ ਜਾ ਰਹੇ ਸਨ ਜਦ ਪੁਲਿਸ ਨੇ ਇਹਨਾਂ ਦੋਵਾਂ ਦੋਸ਼ੀਆਂ ਨੂੰ ਕਾਬੂ ਕੀਤਾ। ਇਸ ਪੱਤੀ ਥਾਣਾ ਹਰੀਕੇ ਵਿੱਚ ਇਹਨਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸੰਬੰਧੀ ਸੀਆਈ ਸਟਾਫ ਤੇ ਏਐਸਆਈ ਪਰਮਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹੀਰੋਇਨ ਦੇ ਧੰਦੇ ਨਾਲ ਜੁੜੇ ਕੁਝ ਲੋਕ ਇਸ ਦੀ ਸਪਲਾਈ ਲੈ ਕੇ ਜਾ ਰਹੇ ਨੇ, ਜਿਸ ਤੇ ਉਹਨਾਂ ਵੱਲੋਂ ਵਿਸ਼ੇਸ਼ ਚੈਕਿੰਗ ਨਾਕਾ ਲਗਾਇਆ ਗਿਆ, ਜਿਸ ਵਿੱਚ ਇਹਨਾਂ ਦੋਵਾਂ ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਮਿਲੀ। ਇਹਨਾਂ ਦੋਵੇਂ ਦੋਸ਼ੀਆਂ ਦੀ ਪਹਿਚਾਣ ਗੁਰਵਿੰਦਰ ਸਿੰਘ ਵਾਸੀ ਹਰੀਕੇ ਅਤੇ ਹਰਮਨ ਸਿੰਘ ਵਾਸੀ ਤਾਰਾ ਸਿੰਘ ਵਜੋਂ ਹੋਈ ਹੈ। ਉਹਨਾਂ ਦੱਸਿਆ ਕਿ ਇਹਨਾਂ ਦੋਵੇਂ ਦੋਸ਼ੀਆਂ ਤੇ ਪਹਿਲਾਂ ਵੀ ਹੀਰੋਇਨ ਦੇ ਮਾਮਲੇ ਦਰਜ ਹਨ। ਉਹਨਾਂ ਕਿਹਾ ਕਿ ਹੋਰ ਪੁੱਛਗਿੱਛ ਲਈ ਅੱਜ ਇਹਨਾਂ ਦੋਸ਼ੀਆਂ ਦਾ ਰਿਮਾਂਡ ਲਿਆ ਜਾਵੇਗਾ ਅਤੇ ਆਸ ਹੈ ਕਿ ਇਹਨਾਂ ਕੋਲੋਂ ਹੋਰ ਕਈ ਅਹਿਮ ਖੁਲਾਸੇ ਹੋਣਗੇ। ਦੀਪ ਸਿੰਘ ਚਾਰੇ ਸੀ ਏ ਸਟਾਫ ਦੀ ਹਦਾਇਤ ਤੇ ਦੌਰਾਨੇ ਗਸਤ ਸੀ ਏ ਸਟਾਫ ਨੇ ਚੌਂਕ ਕੋਟ ਦਾਤਾ ਤੋਂ ਮੋਟਰਸਾਈਕਲ ਤੇ ਸਵਾਰ 2 ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਤੇ 2 ਕਿਲੋ ਹੈਰੋਇਨ ਬਰਾਮਦ ਕੀਤੀ ਆ। ਇੱਕ ਹਰਭਗਵੰਤ ਸਿੰਘ ਏਲੀਅਸ ਹਰਜੀ, ਪੁੱਤਰ ਕਿਰਪਾਲ ਸਿੰਘ ਜੱਟ ਵਾਸੀ ਵਾਂ, ਤੇ ਗੁਰਵਿੰਦਰ ਸਿੰਘ ਏਲੀਅਸ ਮੰਗਾ, ਪੁੱਤਰ ਜਰਨੈਲ ਸਿੰਘ ਵਾਸੀ ਹਰੀਕੇ ਤੋਂ ਤਲਾਸ਼ੀ ਦੇ ਦੌਰਾਨ 2 ਕਿਲੋ ਹੈਰੋਇਨ ਬਰਾਮਦ ਕੀਤੀ ਆ, ਜਿਨ੍ਹਾਂ ਨੂੰ ਅੱਜ ਅਦਾਲਤ 'ਚ ਪੇਸ਼ ਕਰਕੇ ਹੋਰ ਦੌਰਾਨੇ ਪੁੱਛਗਿੱਛ ਜਿਹੜੀ ਉਹ ਕਰਕੇ ਰਿਮਾਂਡ ਦੇ ਦੌਰਾਨ ਹੋਰ ਰਿਕਵਰੀ ਹੋਣ ਦੀ ਆਸ ਹੈਗੀ ਹੈ ਜੀ। ਇਹ ਜੀ 10 ਕਰੋੜ ਬਣਦੀ ਹੈ ਕੀਮਤ ਇਹਦੀ, ਅਤੇ ਕਾਫੀ ਦੇਰ ਤੋਂ ਇਹਨਾਂ ਦੇ ਅੱਗੇ ਵੀ ਪਰਚੇ ਦਰਜ ਨੇ ਅਤੇ ਪਹਿਲਾਂ ਵੀ ਕੰਮ ਕੁੰਮ ਬਹੁਤ ਹੈਰੋਇਨ ਦਾ ਕਰਦੇ ਜੀ। ਪੱਟੀ ਤੋਂ ਅਜਾ ਟੀਵੀ ਨਿਊਜ਼ ਲਈ ਗੁਰਪ੍ਰੀਤ ਸਿੰਘ ਗੋਪੀ ਦੀ ਰਿਪੋਰਟ।